ਨਾਨਕ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੇ ਪ੍ਰਥਮ ਭਗਵਤੀ ਸਿੰਘ ਕਹਿ ਗੁਰੂ ਨਾਨਕ ਨੇ ਧਿਆਏ ਗ੍ਰੰਥ ਗੁਰੂ ਦੇ ਅਮਰਦਾਸ ਨੰਦ ਦਾਸੇ ਮੁਖੀ ਸਹਾਏ ਆਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰ ਕ੍ਰਿਸ਼ਨ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਖਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਨ ਦਾ ਧਿਆਨ ਕਰਕੇ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਨਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੇ ਓਟਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਆਪਣੇ ਸੇਵਕ ਪਰਿਵਾਰ ਨੂੰ ਉਤਮ ਬਖਸ਼ਿਸ਼ ਕੀਤਾ ਸੀ ਸੱਚੇ ਪਾਤਸ਼ਾਹ ਆਪ ਜੀ ਦੇ ਸੇਵਕ ਸਰਗਵਾਸੀ ਸਰਦਾਰ ਜੋਗਿੰਦਰ ਸਿੰਘ ਜੀ ਰੰਧਾਵਾ ਦਮੜਦੌਰ ਮਾਤਾ ਸੰਜੀਤ ਕੌਰ ਜੀ ਇਹਨਾਂ ਦੀ ਬਾਗ ਫੁਲਵਾੜੀ ਸਮੂਹ ਪਰਿਵਾਰ ਵੱਲੋਂ ਜੋ ਜੋਗਿੰਦਰ ਫਾਰਮ ਤਿਆਰ ਕੀਤਾ ਗਿਆ ਹੈ ਪਹਿਲਾ ਰੇਮ ਸਮਾਈ ਕੀਰਤਨ ਦਰਬਾਰ ਆਰੰਭ ਕਰਦੇ ਹੋਏ ਆਪ ਜੀ ਨੇ ਕਿਰਪਾ ਕੀਤੀ ਹੈ ਨਗਰ ਕੀਰਤਨ ਦੇ ਰੂਪ ਵਿੱਚ ਪੰਡਾਲਾਂ ਵਿੱਚ ਹਾਜ਼ਰੀ ਕਰੀਏ ਸੱਚੇ ਪਾਤਸ਼ਾਹ ਸਿੰਘ ਸਮਾਈ ਨੇ ਕਿਰਪਾ ਕਰੋ ਪਰਿਵਾਰ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ ਕਰਦੇ ਨੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਨਿਰਵਿਘਨ ਸਹਿ ਸਮਾਪਤੀਆਂ ਬਖਸ਼ਿਸ਼ ਕਰਨੀਆਂ ਜਿੰਨਾ ਮਨੋ ਭਾਵਨਾਵਾਂ ਸੁਭ ਭਾਵਨਾਵਾਂ ਕਰਕੇ ਪਰਿਵਾਰਾਂ ਬੱਚਿਆਂ ਨੇ ਸੇਵਾ ਲਈ ਹੈ ਮਨੋ ਕਾਮਨਾਵਾਂ ਸੁਭ ਭਾਵਨਾਵਾਂ ਗੁਰ ਮਰਿਆਦਾ ਅਨੁਸਾਰ ਪੂਰੀਆਂ ਕਰਨੀਆਂ ਆਪਣੇ ਚਰਨਾਂ ਦੀ ਵਿਰਤੀ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀਆਂ ਦਾਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਕਾਮਯਾਬੀਆਂ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨੇ ਸਮੂਹ ਸੰਗਤ ਦੀ ਪਰਿਵਾਰ ਦੀ ਹਾਜ਼ਰੀ ਦਾਤੇ ਪ੍ਰਵਾਨ ਕਰਨੀ ਕਿਰਪਾ ਕਰੋ ਪ੍ਰਕਾਸ਼ਮਾਨ ਹੋ ਕੇ ਹੁਕਮਨਾਮੇ ਦੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਅਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਨਿਰਵਿਘਨ ਸਹਿ ਸਮਾਪਤੀ ਬਖਸ਼ਿਸ਼ ਕਰਨ ਲਈ ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਕਰੋ ਨਾਮ ਚਿੰਤਾਵੇ ਗੁਰੂ ਨਾਨਕ ਨਾ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ